ਗੱਡ ਵੀ ਪੱਕਾ ਪਾਇਆ ਹੋਇਆ। ਗੁਰੂ ਨਾਨਕ ਮਹਾਰਾਜ ਜੀ ਦਾ 20 ਰੁਪਿਆਂ ਦਾ ਚਲਾਇਆ ਹੋਇਆ ਲੰਗਰ ਅੱਜ ਤੱਕ ਪੂਰੇ ਸੰਸਾਰ ਦੇ ਵਿੱਚ ਜੋ ਕਿ ਚੱਲ ਰਿਹਾ ਹੈ, ਕਿਤੇ ਥੋੜ ਨਹੀਂ ਆਉਂਦੀ, ਚਾਹੇ ਆਫਤਾਂ ਹਨ ਕਿਸੇ ਦੇਸ਼ ਦੇ ਉੱਪਰ, ਉੱਥੇ ਵੀ ਗੁਰੂ ਨਾਨਕ ਦੇ ਜੋ ਸਿੱਖ ਨੇ ਉਹ ਸਭ ਤੋਂ ਪਹਿਲਾਂ ਪਹੁੰਚਦੇ ਨੇ। ਅੱਜ ਅਸੀਂ ਰੋਪੜ ਤੋਂ ਜੋ ਕਿ ਕਾਠਗੜ੍ਹ ਟੋਲ ਪਲਾਜ਼ੇ ਦੇ ਉੱਪਰ ਮੌਜੂਦ ਹਾਂ, ਇਹ ਪਿੰਡ ਪਰ ਇੱਕ ਤੰਤਰ ਬਾਬਾ ਜਗਤ ਰਾਮ ਜੀ ਵੱਲੋਂ ਜੋ ਇਹ ਗੁਰਦੁਆਰਾ ਸਾਹਿਬ ਹੈ ਪਿੰਡ ਬਚਵਾਨ ਟੋਲ ਪਲਾਜ਼ੇ ਕੋਲ, ਉੱਥੇ ਇਹ ਲੰਗਰ 24 ਘੰਟੇ ਚੱਲਦਾ ਅਤੇ 365 ਦਿਨ ਇਹ ਲੰਗਰ ਲਗਾਤਾਰ ਚੱਲਦਾ। ਦੇਖ ਸਕਦੇ ਹੋ ਵੀ ਪ੍ਰਸ਼ਾਦਾ ਇੱਥੇ ਵਰਤਾਇਆ ਜਾ ਰਿਹਾ, ਸੇਵਾਦਾਰ ਆਪਣੀ ਸੇਵਾ ਕਰਨ ਲੱਗੇ ਹੋਏ ਨੇ ਅਤੇ ਹੋਰ ਜੋ ਸਬਜ਼ੀ ਹੈ ਨਾਲ ਆਪਾਂ ਗੱਲ ਕਰੀਏ ਥੋੜ੍ਹਾ ਜਿਹਾ, ਆਪਾਂ ਅੱਗੇ ਜਾ ਕੇ ਦੇਖਦੇ ਹਾਂ ਵੀ ਇੱਕ ਠੰਡੇ ਮਿੱਠੇ ਜਲ ਦੀ ਛਬੀਲ ਵੀ ਇੱਥੇ ਲਗਾਈ ਹੋਈ ਹੈ। ਦੇਖੋ ਜੀ ਲਗਾਤਾਰ ਜਿੰਨੀਆਂ ਵੀ ਬੱਸਾਂ ਇੱਥੇ ਰੋਕੀਆਂ ਜਾਂਦੀਆਂ ਨੇ ਸਾਰੇ ਇੱਥੇ ਸੇਵਾਦਾਰ ਨੇ ਜੋ ਕਿ ਤਨ ਮਨ ਧਨ ਦੇ ਨਾਲ ਇੱਥੇ ਸੇਵਾ ਕਰਦੇ ਨੇ ਅਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਦੇ ਨੇ। ਅਸੀਂ ਬਾਬਾ ਜੀ ਨਾਲ ਗੱਲਬਾਤ ਕੀਤੀ, ਇੱਥੋਂ ਦੇ ਮੌਜੂਦਾ ਜੋ ਜਥੇਦਾਰ ਨੇ ਉਹਨਾਂ ਨੇ ਕਿਹਾ ਵੀ ਜੋ ਇਹ ਲੰਗਰ ਹੈ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਚਲਾ ਰਹੇ ਨੇ, ਕਿਉਂਕਿ ਇਸ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰਦੇ ਰਹੋ ਤਾਂ ਕਿ ਜੋ ਜਿੰਨੇ ਵੀ ਇਸ ਰੋਡ ਦੇ ਉੱਪਰ ਜੋ ਰਾਹਗੀਰ ਨੇ ਲੰਘਦੇ ਨੇ ਉਹਨਾਂ ਨੂੰ ਇਹ ਜਾਣਕਾਰੀ ਪ੍ਰਾਪਤ ਹੋ ਸਕੇ। ਤਾਂ ਕਿ ਆਪਾਂ ਗੱਲ ਕਰੀਏ ਵੀ ਢਾਬਿਆਂ ਦੇ ਉੱਪਰ ਪੈਸੇ ਨਾਉਣ ਨਾਲੋਂ ਆਪਾਂ ਜੇ ਗੁਰੂ ਘਰ ਦਾ ਲੰਗਰ ਛਕੀਏ ਤਾਂ ਕਿ ਕਈ ਬਿਮਾਰੀਆਂ ਵੀ ਠੀਕ ਹੁੰਦੀਆਂ ਨੇ, ਗੁਰੂ ਘਰ ਦਾ ਆਪਾਂ ਲੰਗਰ ਛਕਦੇ ਹਾਂ ਆਪਣੀ ਸਿਹਤ ਵੀ ਠੀਕ ਰਹਿੰਦੀ ਹੈ ਅਤੇ ਤਾਜ਼ਾ ਲੰਗਰ ਹੈ। ਇਸੇ ਤਰ੍ਹਾਂ ਪਿੱਛੇ ਦੇਖ ਸਕਦੇ ਹੋ ਇਹ ਬਚਵਾਨ ਦਾ ਟੋਲ ਪਲਾਜ਼ਾ, ਪਨਿਆਲੀ ਪਿੰਡ ਪੈਂਦਾ ਵੈਸੇ ਤਾਂ ਜੋ ਇਸ ਟੋਲ ਪਲਾਜ਼ੇ ਦਾ ਨਾਮ ਵੱਜਿਆ ਜਾਂਦਾ ਹੈ। ਦੇਖ ਸਕਦੇ ਹੋ ਲਾਈਵ ਤਸਵੀਰਾਂ ਜੋ ਕਿ ਸਾਹਮਣੇ ਲਿਖਿਆ ਹੋਇਆ ਵੀ 24 ਘੰਟੇ ਗੁਰੂ ਘਰ ਲੰਗਰ, 365 ਦਿਨ 22 ਸਾਲ ਹੋ ਗਏ ਚੱਲਦੇ ਨੂੰ, ਧੰਨ ਧੰਨ ਬਾਬਾ ਜਗਤ ਰਾਮ ਜੀ ਦੀ ਕਿਰਪਾ ਸਦਕਾ ਇਹ ਲੰਗਰ ਚੱਲ ਰਿਹਾ। ਸੰਗਤਾਂ ਦੇਖ ਸਕਦੇ ਹੋ ਸੇਵਾ ਦੇਖੋ ਕਿੰਨੀ ਹੈ ਇਹਨਾਂ ਮਤਲਬ ਕਿ ਨੌਜਵਾਨਾਂ ਦੀ, ਜੋ ਕਿ ਫਿਰ ਵੀ ਇੰਨੀ ਧੁੱਪ ਦੇ ਵਿੱਚ ਨੰਗੇ ਪੈਰੀ ਲੱਗੇ ਹੋਏ ਨੇ। ਆਹ ਨੀਲੇ ਦੁਮਾਲੇ ਵਾਲਾ ਵੀਰ ਜੀ ਵੀ ਲੱਗਿਆ ਹੋਇਆ, ਲੇਕਿਨ ਲਗਾਤਾਰ ਬਜ਼ੁਰਗ ਵੀ ਲੱਗੇ ਹੋਏ ਨੇ ਸਾਡੇ, ਮਤਲਬ ਕਿ ਬਹੁਤ ਇਹਨਾਂ ਇਲਾਕਿਆਂ ਦੇ ਉੱਪਰ ਬਹੁਤ ਜ਼ਿਆਦਾ ਕਿਰਪਾ। ਅਤੇ ਦੇਖ ਸਕਦੇ ਹੋ ਵੀ ਦੁੱਧ ਦੀ ਗੱਡੀ ਲਗਾਤਾਰ ਇੱਥੋਂ ਲੰਘਦੀ ਹੈ, ਮਤਲਬ ਕਿ ਆਉਣਾ ਜਾਣਾ ਬਹੁਤ ਹੈ, ਆਵਾਜਾਈ ਬਹੁਤ ਹੈ। ਬਾਬਾ ਜੀ ਕਹਿੰਦੇ ਅਸੀਂ ਕਿਸੇ ਤੋਂ ਕੋਈ ਰਸਦ ਨਹੀਂ ਲੈਂਦੇ, ਸਾਰਾ ਜੋ ਵੀ ਹੈ ਇੱਥੋਂ ਦਾ ਖਰਚਾ ਅਸੀਂ ਆਪ ਕਰਦੇ ਹਾਂ। ਅਤੇ ਅੰਦਰ ਤੁਸੀਂ ਅਸੀਂ ਗਏ ਸੀਗੇ ਵੀ ਤੁਸੀਂ ਦੇਖ ਸਕਦੇ ਹੋ ਮਤਲਬ ਕਿ ਗੁਰਦੁਆਰਾ ਸਾਹਿਬ ਦੀਆਂ ਉਸਦੇ ਵਿੱਚ ਵੀ ਸਾਰਾ ਦਿਖਾਇਆ ਹੋਇਆ ਵੀ ਇੱਕ ਪਾਸੇ ਡੰਗਰ ਰੱਖੇ ਹੋਏ ਨੇ, ਵੀ ਘੋੜੇ ਵੀ ਨੇ, ਮੱਝਾਂ ਵੀ ਨੇ ਅਤੇ ਗੁਰਦੁਆਰਾ ਸਾਹਿਬ ਬਹੁਤ ਵੱਡਾ। ਅਸੀਂ ਉਸੇ ਤਰ੍ਹਾਂ ਦੇਖ ਸਕਦੇ ਹੋ ਵੀ ਠੰਡੇ ਮਿੱਠੇ ਜਲਦੀ ਛਬੀਲ ਵੀ ਇੱਥੇ ਛਕਾਈ ਜਾ ਰਹੀ ਹੈ। ਜਿੰਨੇ ਵੀ ਰਾਹਗੀਰ ਨੇ ਚਾਹੇ ਟੂਰਿਸਟ ਨੇ, ਕਿਸੇ ਨੇ ਅੰਮ੍ਰਿਤਸਰ ਜਾਣਾ ਹੁੰਦਾ, ਕਿਸੇ ਨੇ ਫਤਿਹਗੜ੍ਹ ਸਾਹਿਬ ਜਾਣਾ ਹੁੰਦਾ, ਮਤਲਬ ਕਿ ਲਗਾਤਾਰ ਜੋ ਇਹ ਸੇਵਾਵਾਂ ਨੇ ਗੁਰੂ ਘਰਾਂ ਦੀਆਂ ਉਹ ਵੱਧਦੀਆਂ ਜਾ ਰਹੀਆਂ ਨੇ ਅਤੇ ਇੱਕ ਵਿਲੱਖੀ ਚੀਜ਼ ਹੈ। ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਕਿਹੜੇ ਪਿੰਡ ਦਾ ਇਹ ਲੰਗਰ ਹੈ ਜੋ ਕਿ ਇਹ ਚਲਾਇਆ? ਇਹ ਪਿੰਡ ਜੀਵਾਲ ਬੱਛੂਆਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ। ਕਿੰਨੀ ਕੁ ਮਹਾਨਤਾ ਬਾਬਾ ਜੀ ਧੰਨ ਬਾਬਾ ਜਗਤ ਰਾਮ ਜੀ ਦੀ ਇਸ ਇਲਾਕੇ ਦੀ? ਇਹ ਤਾਂ ਦੇਖੋ ਜੀ ਮਹਾਂਪੁਰਸ਼ਾਂ ਦੀ ਤਾਂ ਕੋਈ ਗੱਲ ਕਹਿ ਨਹੀਂ ਸਕਦਾ। 18-20 ਸਾਲ ਤੋਂ ਅਸੀਂ ਤਾਂ ਲਗਾਤਾਰ ਚੱਲਦੇ ਆ ਰਹੇ ਹਾਂ ਅਤੇ ਸਾਨੂੰ ਨਹੀਂ ਹਜੇ ਤਾਂ ਪਤਾ ਲੱਗਾ ਵੀ ਮਤਲਬ ਇੰਨਾ ਖਰਚਾ ਕਿੱਥੋਂ ਚੱਲਦਾ। ਦੇਖਿਆ ਨੌਜਵਾਨ ਨੰਗੇ ਪੈਰੀ ਲੱਗੇ ਹੋਏ ਨੇ ਧੁੱਪ ਦੇ ਵਿੱਚ। ਇਹ ਕਿਰਪਾ ਉਹਨਾਂ ਦੀ, ਬਾਬਾ ਜਗਤ ਰਾਮ ਜੀਆਂ ਦੀ, ਉਹਨਾਂ ਦੀ ਕਿਰਪਾ ਦੇ ਸਦਕਾ ਹੀ ਚੱਲਦਾ। ਡੇਲੀ ਲੰਗਰ ਚੱਲਦਾ 365 ਦਿਨ, ਚਾਹੇ ਬੰਦਾ ਰਾਤ ਨੂੰ 12-1 ਵਜੇ ਵੀ ਆ ਜਾਵੇ, 12-1 ਨਹੀਂ ਜਿੰਨੇ ਵਜੇ ਮਰਜ਼ੀ। ਔਰ ਟੂਲ ਸਾਹਮਣੇ ਆ, ਰਾਤ ਦਾ ਸੇਵਾਦਾਰ ਲਾਗੋ ਆ, ਦਿਨ ਦੇ ਲਾਗੋ ਦਿਨ ਦੇ ਅੱਡ। ਬਾਬਾ ਜੀ ਕਹਿੰਦੇ ਵੀ 6 ਵਜੇ ਤੋਂ ਬਾਅਦ ਦੁੱਧ ਦੀ ਸੇਵਾ ਵੀ ਚੱਲਦੀ ਹੈ ਰੋਜ਼? ਹਾਂਜੀ ਰੋਜ਼ ਦੁੱਧ ਦੀ ਸੇਵਾ ਰੋਜ਼ ਚੱਲਦੀ ਹੈ ਲਗਾਤਾਰ। ਇਹ 250-300 ਮੱਝ ਗਾਂ ਜਿਹੜਾ ਸਾਰਾ ਫ੍ਰੀ 'ਚ ਚੱਲਦਾ, ਇੱਥੇ ਸੇਵਾ 'ਚ ਚੱਲਦਾ। ਬਾਬਾ ਜੀ ਆਪਣੇ ਪੱਲੇ ਜੋ ਵੀ ਹੈ ਸਾਰਾ ਕਰਦੇ? ਹਾਂਜੀ ਗ੍ਰਾਹੀ ਸਾਨੂੰ ਨਹੀਂ ਲੈਣੇ ਦਿੰਦੇ ਬਾਬਾ ਜੀ,
ਸਾਨੂੰ ਇੱਥੇ ਪੈਸੇ ਵੀ ਅਸੀਂ ਪਾਉਣ ਲੱਗਦੇ, ਬਾਬਾ ਜੀ ਮਨਾ ਕਰਦੇ, ਆਪ ਕਰਦੇ ਬਾਬਾ ਜੀ ਜੋ ਵੀ ਕਰਦੇ। ਹਾਂਜੀ ਲੱਖਾਂ ਸੰਗਤ ਇੱਥੋਂ ਲੰਘਦੀਆਂ ਨੇ ਇਸ ਰੋਡ ਬਣੇ, ਗੱਡੀਆਂ ਦੇਖ ਲਓ ਜੀ ਸਾਡੇ ਸਾਹਮਣੇ ਹੀ, ਇੱਥੇ ਤੁਸੀਂ ਆਪ ਖੜ ਕੇ ਦੇਖ ਲਓ, ਘੜੀ ਘੰਟਾ ਖੜ ਕੇ ਦੇਖ ਲਓ, ਤੁਹਾਨੂੰ ਲੱਗ ਜਾਣਾ ਪਤਾ। ਬਹੁਤ ਦਿੰਦੇ ਹਾਂ ਪੈਸੇ ਪਰ ਬਾਬਾ ਜੀ ਕਹਿੰਦੇ ਨਹੀਂ, ਇਹ ਰੱਬ ਦਾ ਕੰਮ ਆ, ਤੁਹਾਨੂੰ ਫਿਕਰ ਨਹੀਂ, ਰੱਬ ਨੂੰ ਹੀ ਫਿਕਰ, ਸੇਵਾ ਹੀ ਕਰਨੀ ਆ, ਮਾਇਆ ਨਹੀਂ। ਠੀਕ ਹੈ ਬਾਬਾ ਜੀ, ਬਹੁਤ ਜਿਸ ਤਰ੍ਹਾਂ ਕਿ ਦੇਖ ਸਕਦੇ ਹੋ ਵੀ ਪੰਜਾਬ ਰੋਡਵੇਜ਼ ਦੀ ਬੱਸ ਵੀ ਇੱਥੇ ਰੋਕੀ ਗਈ ਹੈ, ਚਾਹੇ ਗੱਡੀਆਂ ਹੁਣ ਇਨੋਵਾ ਹੋਵੇ, ਮਤਲਬ ਕਿ ਜਿਹੜੀ ਵੀ ਗੱਡੀ ਹੈ ਟਰੱਕ ਹੈ, ਇਹ ਕਿਸੇ ਨੂੰ ਭੁੱਖੇ ਨਹੀਂ ਜਾਣ ਦਿੰਦੇ, ਇਹ ਇੱਥੋਂ ਲੰਗਰ ਛਕਾ ਕੇ, ਚਾਹੇ ਲੱਡੂ ਹੈ, ਚਾਹੇ ਮਤਲਬ ਕਿ ਪਾਣੀ ਵੀ ਹੈ, ਅਗਰ ਮਤਲਬ ਕਿ ਕੋਈ ਵੀ ਬੰਦਾ ਇੱਥੋਂ ਲੰਘਦਾ ਚਾਹੇ ਉੱਧਰੋਂ ਆਵੇ ਫਗਵਾੜੇ ਵੱਲੋਂ ਚਾਹੇ ਰੋਪੜ ਵੱਲੋਂ ਜਾਵੇ, ਮਤਲਬ ਕਿ ਹਰੇਕ ਗੱਡੀ ਨੂੰ ਰੋਕ ਕੇ ਲੰਗਰ ਪਾਣੀ ਜ਼ਰੂਰ ਛਕਾਇਆ ਜਾਂਦਾ। ਅਤੇ ਇੱਕ ਗੱਲ ਦੱਸਣੀ ਚਾਹੂੰਗਾ, ਜਿੰਨੀ ਮਰਜ਼ੀ ਮਤਲਬ ਕਿ ਇੱਥੇ ਧੁੱਪ ਹੋਵੇ, ਚਾਹੇ ਗਰਮੀ ਹੈ, ਚਾਹੇ ਮਤਲਬ ਕਿ ਮੀਂਹ ਪੈ ਰਿਹਾ, ਬਾਰਿਸ਼ ਹੈ, ਚਾਹੇ ਠੰਡ ਹੈ, ਮਤਲਬ ਕਿ ਅਸੀਂ ਠੰਡਾਂ ਦੇ ਮੌਸਮ ਵੀ ਇੱਥੋਂ ਲੰਘੇ ਹਾਂ, ਇਹ ਲੰਗਰ 24 ਘੰਟੇ ਚੱਲਦਾ ਰਹਿੰਦਾ। ਅਤੇ ਬਾਬਾ ਜੀ ਨੇ ਸਾਡੇ ਨਾਲ ਗੱਲਬਾਤ ਕੀਤੀ ਸੀ, ਉਹਨਾਂ ਨੇ ਦੱਸਿਆ ਵੀ ਬਾਬਾ ਜਗਤ ਰਾਮ ਜੀ ਦੀ ਬਹੁਤ ਅਪਾਰ ਕਿਰਪਾ ਇਸ ਇਲਾਕੇ ਦੇ ਉੱਪਰ, ਤਾਂ ਕਿ ਜੋ ਇਹ ਲੰਗਰ ਹੈ ਸਦਾ, ਉਹ ਦੇਖੋ ਸਾਡੀ ਭੈਣ ਇੱਕ ਮਤਲਬ ਕਿ ਪ੍ਰਸ਼ਾਦ ਦੇ ਰਹੀ ਹੈ ਸੰਗਤਾਂ ਨੂੰ, ਜਿੰਨੇ ਵੀ ਗੱਡੀਆਂ ਵਾਲੇ ਨੇ, ਮਤਲਬ ਕਿ ਦੇਖੋ ਇੰਨੇ ਇੰਨੇ ਛੋਟੇ ਛੋਟੇ ਬੱਚੇ, ਦੇਖ ਲਓ ਪੀਲੀ ਦਸਤਾਰ ਦੇ ਵਿੱਚ ਦੀਪ ਸਿੱਧੂ ਦੀ ਫੋਟੋ ਪਾਈ ਹੋਈ ਹੈ, ਅੰਮ੍ਰਿਤ ਛਕਿਆ ਹੋਇਆ, ਸਿੰਘ ਸਜਿਆ ਹੋਇਆ। ਸੋ ਇਸੇ ਤਰ੍ਹਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਤਾਂ ਕਿ ਸ਼ਹਾਦਤ ਏ ਖਾਲਸਾ ਟੀ ਵੀ ਚੈਨਲ ਤੁਸੀਂ ਦੇਖਦੇ ਰਹੋ।